ਡੈਮਾਂ ਵਿੱਚ ਦਲਦਲ ਉਹ ਫਾਲ ਟੈਂਕੀਆਂ ਤਾਂ ਕੋਈ ਟੈਂਕੀਆਂ ਨਹੀਂ ਸਾਇੰਸ ਵੀ ਇੱਥੇ ਜਿਹੜੀਆਂ ਨੇ ਪਹਿਲਾਂ ਜ਼ਮੀਨਾਂ ਨੇ ਉੱਪਰ ਹੀ ਸੀ ਅਸ ਬਿਲਾਸ ਮਿਨ ਸ਼ੈਤਾਨ ਰਾਜੀਮ ਬਿਸਮਿਲ੍ਲਾ ਰਹਿਮਾਨ ਰਹੀਮ ਦੁਨੀਆ ਬਾਰੇ ਮੌਜੂਦ ਕੈਵਰੀ ਟੀਵੀ ਤੱਕ ਸੁਣਨ ਵਾਲੇ ਪੈਣਾ ਤਪਰਾ ਅਸਲਾਮ ਅਲੈਕੁਮ ਉਮੀਦ ਕਰਨੇ ਆ ਠੀਕ ਠਾਕ ਹੋ ਸੋ ਤੇ ਖੈਰ ਖਰੀਦ ਨਾਲ ਹੋ ਸੋ ਮੰਗਲਾ ਡੈਮ ਨੇ ਦੰਦਾ ਆਏ ਹੋਏ ਆ ਤਾਂ ਜਿਸ ਸਾਈਡ ਨਜ਼ਰ ਬਾਉਣਾ ਮੰਗਲਾ ਡੈਮ ਹੀ ਨਜ਼ਰ ਅਛਣਾ ਇਹ ਇੱਕ ਚੀਜ਼ ਅਸਾਂ ਕੀ ਇੱਥੇ ਹੈਰਾਨ ਕੁੰਨ ਨਜ਼ਰ ਆਈ ਹੈ ਜਿਹੜੀ ਦੱਸਣੇ ਤੇ ਤੁਸਾਂ ਕਿ ਅਸਾਂ ਇੱਥੇ ਆਉਂਦਾ ਔਰ ਮਤਲਬ ਵੀਡੀਓ ਬਣਾਉਣੇ ਆ ਪਈ ਇੱਕ ਇਹ ਚੀਜ਼ ਹੈ ਅਤੇ ਖੱਡਾ ਜਿਹਾ ਬਣਿਆ ਵੈ ਇਹ ਇੱਥੇ ਦਲਦਲ ਹੈ ਅਤੇ ਕੋਈ ਕੂਆਂ ਆ ਜਾਂ ਇੱਥੇ ਕੋਈ ਹੋਰ ਚੀਜ਼ ਹੈ ਬਹਰਹਾਲ ਪੱਥਰ ਵੀ ਨਾਲ ਡਿੱਗੇ ਵੇ ਕਿਆ ਪਤਾ ਇਹ ਇਸਨੇ ਚੋਂ ਕੱਢੇ ਗਏ ਲੇਕਿਨ ਲੱਗਣੇ ਨਹੀਂ ਇਹ ਟੈਂਕੀਆਂ ਹੈਗੀਆਂ ਅਤੇ ਜ਼ਮੀਨਾਂ ਤੋਂ ਉੱਪਰ ਬਣੀਆਂ ਇਹਨਾਂ ਨੇ ਕਿਹਾ ਸਾਇੰਸ ਹੈ ਇਹ ਵੀ ਥੋੜ੍ਹਾ ਜਿਹਾ ਡਿਸਕਸ ਕਰਨੇ ਆ ਆਪਣੀ ਅਕਲ ਨਾਕਸ ਦੇ ਮੁਤਾਬਕ ਵੀਡੀਓ ਤੱਕੋ ਐਂਡ ਤੋੜੀ ਇਨਸ਼ਾਅੱਲਾ ਚੰਗੀ ਲੱਗਦੀ ਤੁਸਾਂ ਕਿ ਤਾਂ ਵੀਡੀਓ ਵਿੱਚ ਜੁੜੇ ਰਿਹਾ ਡੈਮਾਂ ਵਿੱਚ ਦਲਦਲ ਅਤੇ ਹੁਣ ਕਹਿ ਸ਼ਾਇਦ ਸੀ ਇਹਨਾਂ ਬਾਰੇ 'ਚ ਕੋਈ ਪਤਾ ਨਹੀਂ ਲੇਕਿਨ ਥੋੜ੍ਹਾ ਦੂਰ ਦੂਰ ਅਸਾਂ ਵੀ ਰਿਹਾ ਇਹਨਾਂ ਵੈ ਸ਼ਕੀਕਨਾ ਵਿੱਚ ਇਹ ਕੋਈ ਵੱਡੇ ਹੇਠੇ ਕੱਢੀ ਰੱਖੇ ਹੋਏ ਨੇ ਇਹ ਤਾਂ ਕੋਈ ਮਕਾਨ ਹੋਇਆ ਕਿਸੇ ਨਾ ਘਰ ਆਇਆ ਘਰ ਹੋਇਆ ਕੋਈ ਇਹ ਇੱਧਰ ਪਰਲੀ ਸਾਈਡ ਤੁਸਾਂ ਕੀ ਦੱਸਣੇ ਆ ਅਤੇ ਇੱਧਰ ਦੱਸੋ ਜੀ ਥੋੜ੍ਹਾ ਜਿਹਾ ਨੇੜਾ ਇੱਥੇ ਪਹਿਲੇ ਇਹ ਦੱਸੋ ਅਤੇ ਉਸ ਜ਼ਮਾਨੇ ਨੇ ਕੋਈ ਸਾਇੰਸ ਸੀ ਟੋਇਲਟ ਨਹੀਂ ਇਹ ਤੱਕੋ ਉਹਨਾਂ ਕਿਸ ਤਰ੍ਹਾਂ ਜਿਹੜਾ ਨੇ ਪੱਟੀ ਜੀ ਬਣਾਈ ਹੈ ਇਸ ਨਾਲ ਹੀ ਕੋਈ ਪਾਰ ਵੀ ਹੈ ਜਾਂ ਤਾਂ ਇਹ ਮਤਲਬ ਕੋਈ ਦੋ ਸਾਂਝੇ ਸਾਂਝੇ ਘਰ ਕੋਲ ਕੋਲ ਇਹ ਉਹ ਪਾਰ ਟੈਂਕੀਆਂ ਤਾਂ ਕੋਈ ਟੈਂਕੀਆਂ ਨਹੀਂ ਸਾਇੰਸ ਵੀ ਇੱਥੇ ਜਿਹੜੀਆਂ ਨੇ ਪਹਿਲਾਂ ਜ਼ਮੀਨਾਂ ਨੇ ਉੱਪਰ ਹੀ ਸੀ ਇਹ ਤੁਸੀਂ ਇਹ ਦੱਸਣੇ ਉਹ ਪਾਰ ਟੈਂਕੀਆਂ ਤੱਕੋ ਉਹ ਪਿੱਛੇ ਦੱਸ ਤੱਕੋ ਇਹ ਵੀ ਦੱਸਣੇ ਤੁਸੀਂ ਅਗਾਂ ਜਿਹੜਾ ਨਾ ਬੈਠੇ ਆ ਤਾਂ ਕਹਿਣਾ ਮੈਂ ਕੋਲ ਜਾਂ ਤਾਂ ਪੇਜ ਮੈਂ ਇਹ ਤੇ ਆਤਨ ਮੱਠਾ ਮੱਠਾ ਜਾਵਾਂ ਸੀ ਇਹ ਘਰ ਦੀ ਕੋਈ ਟੈਂਕੀ ਹੈ ਪਾਣੀ ਦੀ ਇੱਕ ਚੀਜ਼ ਇੱਥੇ ਹੋਰ ਹੈ ਉਹ ਬੜੀ ਮਜ਼ੇ ਨਹੀਂ ਆ ਤੁਸੀਂ ਦੱਸਣੇ ਅਗਰ ਨਾਲ ਇਸਨੇ ਹੋਈ ਤਾਂ ਉਹ ਨਿੱਕੀ ਜਿਹੀ ਖੁਰਲੀ ਇੱਕ ਟੈਂਕੀ ਦੇ ਨਾਲ ਬਣੀ ਹੋਣੀ ਹੈ ਉਹ ਇੱਥੇ ਕੋਈ ਨਹੀਂ ਇੱਥੇ ਕੋਈ ਨਹੀਂ ਇਹ ਪਾਣੀ ਹੈ ਟੈਂਕੀ ਹੈ ਪਾਣੀ ਹੈ ਇਸਨੇ ਉੱਪਰ ਬਣਾਉਣੇ ਸਨ ਪਹਿਲਾਂ ਮਤਲਬ ਜਿਹੜੀ ਸੀ ਨਾ ਟੈਂਕੀ ਇਹ ਹੁਣ ਤਾਂ ਜ਼ਮੀਨ ਦਾ ਉਹ ਬਣਾਉਣੇ ਨਾ ਤਾਂ ਬਾਕੀ ਛੱਤਾਂ ਪਰ ਬਣਾਉਣੇ ਨੇ ਇੱਥੇ ਛੱਤਾਂ ਵਾਲੀ ਕਹਾਣੀ ਕੌਣ ਸੀ ਬਲਕਿ ਉਹ ਸਾਹਮਣੇ ਟੈਲਟਾ ਪਰ ਬਿਲਕੁਲ ਬਾਕੀ ਹੈ ਚੀਜ਼ ਦੱਸਣੇ ਜੀ ਪਤਾ ਨਹੀਂ ਕਿਹਾ ਇਹ ਦੱਸਣੇ ਤੁਸਾਂ ਕਿ ਕਮਰੇ ਨੇ ਵਿੱਚ ਜਿਹੜਾ ਉਹ ਅਸਾਂ ਬਣਿਆ ਟਾਇਲ ਫਰਸ਼ ਟਾਇਲ ਨਹੀਂ ਹਾਂ ਇਹ ਫਰਸ਼ ਰੰਗਾ ਫਰਸ਼ ਹੈ ਇਹ ਹੋਇਆ ਜੀ ਕੋਈ ਕਮਰਾ ਇਹ ਤਾਂ ਕੋਈ ਉਸ ਜ਼ਮਾਨੇ ਨਾਲ ਯਾਨੀ ਕਿ ਮਾੜਾ ਖਿਆਲ ਹੈ ਇਸ ਏਰੀਏ ਕਿ ਕੋਈ 12 ਇੱਕ ਸਾਲ ਜਾਂ 13 ਸਾਲ ਕਿਉਂ 2009-10 'ਚ ਇਲਾਕਾ ਉਜੜਿਆ ਜਾਂ ਹੋ ਸਕਣਾ ਇਹ ਪਹਿਲਾਂ ਉਜੜਿਆ ਹੋਇਆ ਔਰ ਗਲਬਨ ਜਿਹੜਾ ਪਾਣੀ ਹੈ 2012-10 ਨੇ ਰੇਂਜ 'ਚ ਮਤਲਬ ਕਿ ਇਹ ਪਹਿਲਾਂ 2009-10 'ਚ ਆਬਾਦ ਸੀ ਇਹ ਤੱਕੋ ਜੀ ਇਹ ਬਿਲਕੁਲ ਬੜਾ ਡਾਢਾ ਫਰਸ਼ ਹੈ ਜਿਵੇਂ ਜਿਹੜਾ ਨਾ ਪੱਟਣ ਨੇ ਆਉਣਾ ਬੜਾ ਅੱਛੇ ਤਰੀਕੇ ਨਾਲ ਉਸ ਜ਼ਮਾਨੇ 'ਚ ਇਸਨੇ ਜਿਹੜੀ ਹੈ ਮਟੀਰੀਅਲ ਇਸਤੇਮਾਲ ਹੋਣਾ ਸੀ ਇਹ ਬੱਟੇ ਛੱਟੇ ਵੀ ਲੱਗੇ ਨੇ ਅੱਗੇ ਪਿੱਛੇ ਉਹ ਕਬਰਸਤਾਨ ਹੈ ਪਾਰ ਬਾਕੀ ਤੁਸਾਂ ਕੀ ਹੋਰ ਵੀ ਇਸ ਤੋਂ ਇਲਾਵਾ ਵਿਜ਼ਿਟ ਕਰਾਇਆ ਔਰ ਇਹ ਇੱਕ ਨਵੀਂ ਚੀਜ਼ ਤੁਸਾਂ ਕਿ ਅਸਾਂ ਦੱਸਣੀ ਸੀ ਉਸ ਪਿਛਲਾ ਜਿਹੜਾ ਦੌਰ ਅਸਾਂ ਵਾਸਤੇ ਤਾਂ ਉਹ ਪਿਛਲਾ ਹੀ ਹੈ ਇਹ ਕੋਈ ਇਤਨਾ ਜ਼ਿਆਦਾ ਵੀ ਪਿਛਲਾ ਨਹੀਂ ਲੇਕਿਨ ਸਾਡੇ ਵਾਸਤੇ ਪਿਛਲਾ ਹੀ ਦੌਰ ਹੈ ਕਿਉਂਕਿ ਉਸ ਲਈ ਅਸਾਂ ਮਸੇ ਮਾਊ ਪਿਓ ਨਾਲ ਟੁਰਨੇ ਵਾਲੇ ਸਨ ਇਕੱਲੇ ਨਾ ਅਸਾਂ ਅੱਗੇ ਪਿੱਛੇ ਜਾਣਾ ਇਸ ਮਾਨੇ ਸੇਰੀ ਕੋਣ ਅਸਾਂ ਆਏ ਵੇ ਇੱਥੇ ਅਸਾਂ ਅੱਗੇ ਪਿੱਛੇ ਬੜਾ ਲੋੜਿਆ ਕੋਈ ਬੰਦਾ ਅਸਾਂ ਕਿ ਲੱਭੀ ਜਾ ਲੇਕਿਨ ਬਾਰਿਸ਼ ਹੋਈ ਹੈ ਅਸੀਂ ਬਾਇਆ ਬੜੀ ਤੇਜ਼ ਉਹ ਸਾਰੇ ਘਰਾਂ 'ਚ ਨੱਸੀ ਗਏ ਇਸ ਮਾਰੇ ਕੋਈ ਗੱਪ ਸ਼ੱਪ ਲਾਉਣ ਵਾਲਾ ਕੌੜੀ ਇਹ ਇੱਕ ਇਲਾਦਾ ਵੀਡੀਓ ਸੀ ਜਿਹੜੀ ਤੁਸਾਂ ਅੱਗੇ ਸਪੈਸ਼ਲ ਅਸਾਂ ਦੱਸੀ ਹੈ ਇਹ ਖੱਡਾ ਜਿਹਾ ਕੋਈ ਪਿਆ ਪਤਾ ਨਹੀਂ ਕਿਸ ਚੀਜ਼ ਦਾ ਨਾਮ ਹੈ ਦੁਬਾਰਾ ਇੱਕ ਵਾਰ ਤੁਸੀਂ ਅਸਾਂ ਉੱਥੇ ਜੁੜਨੇ ਹਾਂ ਤਾਂ ਕੈਮਰਾਮੈਨ ਤਾਂ ਮਾੜੇ ਸ਼ਾਇਦ ਗੁੱਸਾ ਕੱਥਣ ਆ ਤਾਂ ਗੱਡੀ ਫਿਰ ਜਾ ਉੱਥੇ ਜਾਣਾ ਅਤੇ ਹੁਣ ਇਹ ਵੱਡੇ ਹੇਠੇ ਵੀ ਇਕੱਠੇ ਹੋਏ ਹੋਏ ਨੇ ਲੇਕਿਨ ਮਾਲੂਮ ਨਹੀਂ ਕਿ ਕਿਆ ਚੀਜ਼ ਹੈ ਪਾਣੀ ਨੇ ਵਿੱਚ ਖੱਡਾ ਪਿਆ ਅਤੇ ਜਗ੍ਹਾ ਬੈਠੀ ਹੈ ਜਾਂ ਇੱਥੇ ਜਿਹੜਾ ਨਾ ਕੋਈ ਹੋਰ ਤੰਤਰ ਕੱਢਿਆ ਗਿਆ ਲੇਕਿਨ ਮਹਿਸੂਸ ਹੀ ਹੋਣਾ ਕਿ ਇਹ ਜਿਹੜਾ ਨਾ ਕੋਈ ਖੁਸ਼ੂ ਹੋਇਆ ਇੱਥੇ ਲੇਕਿਨ ਉਸਨੇ ਕੋਈ ਸਾਰ ਨਹੀਂ ਲੱਭਣੇ ਅਸਾਂ ਨੇ ਮਲਕ ਰਾਣਾ ਆਉਣਾ ਨੇ ਕੂਆ ਪੱਥਰ ਜਦੋਂ ਇਕੱਠੇ ਕੀਤੇ ਨੇ ਇਹ ਮੈਨੂੰ ਲੱਗਣਾ ਕਿ ਇੱਥੇ ਕੋਈ ਸ਼ਹਿ ਹੋਈ ਹੈ ਬਣੀ ਵੀ ਜਾਂ ਇਹ ਕੋਈ ਘੁਮਾਰਾ ਨਾ ਗਰਾਂ ਹੋਇਆ ਤਾਂ ਵਿੱਚ ਕੋਈ ਘੁਮਾਰਾ ਵਾਲੀ ਪੱਠੀ ਬਣੀ ਹੋਈ ਹੈ ਲੇਕਿਨ ਚਲੋ ਜੋ ਵੀ ਹੈ
इंटरटेनमेंट आस्तै थोड़ी जी वीडियो बनाने से बनी गई है। उम्मीद है चंगी लगी उसी। नेक्स्ट वीडियो दोबारा मिलसा। दोवें याद रखे, अल्लाह सुनने वाला।